18 ਦੀਆਂ ਮੁਹੱਦੇ ਸੀ ਲਿਖਿਆ 18 ਕਿਸਮਾਂ ਦੀਆਂ 18 ਚ ਜਿਨ੍ਹਾਂ ਔਰਤਾਂ ਦੇ ਠਰਾ ਹੁੰਦਾ ਨਾ ਜੀ ਇਹ ਵੀ ਸ਼ੈਤਾਨੀ ਅਮਲ ਹੁੰਦਾ ਉਹਨਾਂ ਦੇ ਬਾਜ਼ੂਆਂ ਅਤੇ ਉਹਨਾਂ ਦੇ ਲੱਤਾਂ ਦੇ ਉੱਪਰ ਨੀਲ ਪੈਂਦੇ ਨੇ 18 ਵਾਸਤੇ ਸੂਰਜ ਸ਼ਮਸ ਵ ਸ਼ਮਸ ਵਜ਼ੁਹਾ ਰੋਜ਼ਾਨਾ 11 ਮਰਤਬਾ ਪੜ੍ਹ ਕੇ ਸੁਬਾਹ ਫਜਰ ਤੋਂ ਬਾਅਦ ਔਰ 5 ਕਾਲੀਆਂ ਮਿਰਚਾਂ ਤੇਰਾ ਬਿਸਮੁੱਲਾ ਉੱਪਰ ਪੜ੍ਹ ਕੇ 5 ਕਾਲੀਆਂ ਮਿਰਚਾਂ ਇੰਨੀ ਕੁ ਜਵੈਨ ਦੀ ਚੂੰਡੀ ਨਿਹਾੜ ਪੇਟ ਖਾ ਲੈਣ ਇਨਸ਼ਾਅੱਲਾ ਅੱਲਾਹ 18 ਦੀ ਬਿਮਾਰੀ ਨੂੰ ਦੂਰ ਕਰ ਦੇਗਾ ਜਿਨ੍ਹਾਂ ਨੂੰ 18 ਦੀ ਬਿਮਾਰੀ ਹੁੰਦੀ ਵੱਖੀ 'ਚ ਦਰਦ ਪਿੱਛੇ ਕਮਰ 'ਚ ਨਿਕਲਦੀ ਜ਼ਿਆਦਾਤਰ ਉਹ ਸ਼ੈਤਾਨ ਫਿਰ ਉਹਨਾਂ ਨੂੰ ਕਿਚਨ ਦੀ ਜਦੋਂ ਉਹਨਾਂ ਕਿਚਨ 'ਚ ਜਾਣਾ ਖਾਣਾ ਬਣਾਉਣ ਪਿੱਛੇ ਫੀਲ ਮਹਿਸੂਸ ਕਰਾਏਗਾ ਯੂ ਬਸ ਵਸਾ ਦੇਗਾ ਅੱਲਾ ਦੀ ਯੂ ਬਸ ਵਿਸੂ ਫੀ ਸਦੂਰੀ ਨਾਤ ਅਲਮਦਾ ਕਈ ਮੌਲਵੀ ਐਸੇ ਨੇ ਜਿਹੜੇ ਮੈਨੂੰ ਆਉਂਦੇ ਸਨ ਇਹ ਬਿੱਦਤ ਹੈ ਜੀ ਮਿਰਚਾਂ ਪੜ੍ਹ ਕੇ ਦੇਣਾ ਜੀ ਫਲਾਣ ਨਮਕਾਣ ਅੱਜ ਉਹ ਆਪ ਬਿੱਦਤਾਂ ਦੇ ਸਰਦਾਰ ਬਣੇ ਨੇ ਕਹਿੰਦੇ ਨੇ ਜੀ ਹੁਣ ਸਭ ਕੁਝ ਜਾਇਦ ਦਾ ਵਡੇੜਾ ਹੋ ਜਾਵੇ ਨਾ ਤਕਰੀਰਾਂ ਬੰਦ ਹੋ ਜਾਣ ਫਿਰ ਬੜੀਆਂ ਬੜੀਆਂ ਦੁਕਾਨਦਾਰੀਆਂ ਚਲਾਉਂਦੇ ਨੇ ਅਸੀਂ ਤਾਂ ਹੱਕ ਕਿਹਾ ਮੈਨੂੰ ਕਾਬਾ ਦੇ ਰੱਬ ਦੀ ਕਸਮ ਮੈਂ ਐਲਾਨੀਆ ਕਹਿੰਦਾ ਰੋਤ ਕਬਰ ਵਾਲਾ ਕੁਝ ਨਹੀਂ ਕਰਦਾ ਮੌਲਵੀ ਕੁਝ ਨਹੀਂ ਕਰਦਾ ਕੋਈ ਪੀਰ ਧੀਆਂ ਪੁੱਤਰ ਨਹੀਂ ਦੇ ਸਕਦਾ ਦਮ ਦੁਆਏ ਅੱਲਾ ਕੇ ਤਰਲਾਏ ਮਿਹਨਤ ਦੇ ਵਾਸਤਾ ਪਾਓ ਅਤੇ ਕਈ ਆ ਕੇ ਮੇਰੇ ਵੀਰ ਦੋਸਤ ਬਾਅਦ ਦੋ ਦੋ ਮਹੀਨੇ ਮੇਰੇ ਨਾਲ ਬਹਿ ਕੇ ਤਿੰਨ ਤਿੰਨ ਬਾਅਦ ਆਪ ਬੜੇ ਬੜੇ ਵੱਡੇ ਮੁਆਲਜ ਬਣ ਜਾਂਦੇ ਫਿਰ ਬਾਅਦ 'ਚ ਭਾਈ ਅਕਰਮ ਉਹਨਾਂ ਨੂੰ ਕੋਈ ਕਹਿ ਦੇਣਾ ਮੌਲਵੀ ਅਬਦਲੀ ਮੁੱਕ ਕਹਿੰਦੇ ਉਹ ਤਾਂ ਆਪਣਾ ਪੁੱਤਰ ਹੈ ਉਹਨੂੰ ਕੀ ਪਤਾ ਅਸੀਂ ਜੀ ਸਾਰਿਆਂ ਦੇ ਪੁੱਤਰ ਆ ਅਸੀਂ ਇਹ ਨਹੀਂ ਕਹਿੰਦੇ ਅਸੀਂ ਬੜੇ ਵੱਡੇ ਉਸਤਾਦ ਆ ਅਸੀਂ ਅੱਜ ਵੀ ਤਾਲਬ ਇਲਮ ਆ ਨਬੀ ਮੂਸਾ ਨੂੰ ਕਿਸੇ ਪੁੱਛਿਆ ਕਿੰਨਾ ਕਿਲਮ ਕਿਆ ਮੇਰੇ ਇਲਮ ਦਾ ਮਾਈ ਪੁੱਤਰ ਹੀ ਜੰਮਿਆ ਅੱਲਾ ਕਿਹਾ ਜਾ ਫਿਰ ਮੂਸਾ ਜਾ ਖਿਜ਼ਰ ਪੈਗੰਬਰ ਦੇ ਪਿੱਛੇ ਜਾ ਕੇ ਰਸੂਲ ਦੇ ਦਾਬੜਾ ਚੁੱਕ ਅੱਲਾ ਨੂੰ ਮੈਂ ਨਹੀਂ ਪਸੰਦ ਨਾ ਮੇਰੇ 'ਚ ਮੈਂ ਇਲਮ ਦਾ ਅਸੀਂ ਫਕੀਰ ਤਾਲਬ ਇਲਮ ਆ ਰੋਜ਼ਾਨਾ ਕੁਰਾਨ ਪੜ੍ਹਨਾ ਤੁਹਾਡਾ ਕੰਮ ਹੈ ਸ਼ਿਫਾ ਦੇਣਾ ਰੱਬ ਦਾ ਕੰਮ ਹੈ ਅਤੇ ਅਸੀਂ ਕਦੀ ਇਹ ਨਹੀਂ ਕਿਹਾ ਅੱਲਾ ਦੇ ਫਜ਼ਲ ਦੇ ਨਾਲ ਉਹਨੂੰ ਕੁਝ ਨਹੀਂ ਆਉਂਦਾ ਉਹਨੂੰ ਕੁਝ ਜਿਹੜਾ ਕੁਰਾਨ ਪੜ੍ਹਦਾ ਉਹਨੂੰ ਸਭ ਕੁਝ ਆਉਂਦਾ ਹੈ ਮੇਰਾ ਇਮਾਨ ਮੈਂ ਕਹਿੰਦਾ ਨਾਦੇ ਅਲੀ ਜਿਹੜਾ ਪੜ੍ਹਦਾ ਉਹ ਕੁਰਾਨ ਦੇ ਮੁਕਾਬਲੇ 'ਚ ਪੜ੍ਹਦਾ ਉਹ ਵੀ ਲਾਮਤੀ ਹੈ ਕਰਨ ਵਾਲਾ ਵੀ ਕਰਾਉਣ ਵਾਲਾ ਵੀ ਸੁਣਨ ਵਾਲਾ ਵੀ ਲਾਮਤੀ ਕੁਰਾਨ ਦੀ ਮੌਜੂਦਗੀ 'ਚ ਕੋਈ ਇਸ ਤੋਂ ਬੜਾ ਇਲਮ ਹੋ ਹੀ ਨਹੀਂ ਸਕਦਾ ਮੇਰੇ ਨਬੀ ਦੀ ਨਬੂਵਤ ਤੋਂ ਅੱਲਾ ਨਬੂਵਤ ਨਹੀਂ ਆਪ ਦੀ ਕਿਤਾਬ ਤੋਂ ਅੱਲਾ ਕਿਤਾਬ ਨਹੀਂ ਅਤੇ